ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਹੋਇਆ ਕਰੋਨਾ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕਰੋਨਾ ਹੋ ਗਿਆ ਹੈ ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਫੇਸਬੁੱਕ ਸਫੇ ਦੇ ਉੱਤੇ ਦਿੱਤੀ ਆ ਬੈਂਸ ਪਿਛਲੇ ਦਿਨੀ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਆਪਣੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਉਹਨਾਂ ਨੇ ਆਪਣੇ ਫੇਸਬੁੱਕ ਸਫ਼ੇ ਤੇ ਲਿਖਿਆ ਮੈਂ ਬਿਮਾਰ ਮਹਿਸੂਸ ਕਰ ਰਿਹਾ ਹਾਂ ਮੈਂ ਆਪਣਾ ਟੈਸਟ ਕਰਵਾਇਆ ਮੇਰੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ ਮੈਂ ਘਰ ਤੋਂ ਹੀ ਕੰਮ ਕਰਦਾ ਰਹਾਂਗਾ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਮੇਰੇ ਸੰਪਰਕ ਦੇ ਵਿੱਚ ਆਏ ਹਨ ਕਿਰਪਾ ਕਰਕੇ ਜੇਕਰ ਲੱਛਣ ਆਉਂਦੇ ਹਨ ਤਾਂ ਆਪਣੀ ਜਾਂਚ ਕਰਵਾਓ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਮੁਲਕ ਦੇ ਵਿੱਚ ਕਰੋਨਾ ਦੇ ਮਾਮਲੇ ਵਧੇ ਹਨ ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਤੇ 14830 ਮਾਮਲੇ ਸਾਹਮਣੇ ਆਏ ਹਨ ਚਾਹੇ ਜੇਲ੍ਹਾਂ ਵਿੱਚ ਸੁੱਟ ਦਿਓ ਚਾਹੇ ਕਾਲੇ ਪਾਣੀ 'ਚ ਭੇਜ ਦਿਓ ਅਸੀਂ ਆਮ ਲੋਕਾਂ ਦੀ ਗੱਲ ਕਰਦੇ ਰਹਾਂਗੇ ਰਵਨੀਤ ਬਿੱਟੂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕੇਂਦਰ 'ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ ਸੰਸਦ ਮੈਂਬਰਾਂ ਨੂੰ ਆਮ ਜਨਤਾ ਦੇ ਮੁੱਦੇ ਚੁੱਕਣ ਦਾ ਮੌਕਾ ਨਹੀਂ ਦੇ ਰਹੀ ਰਵਨੀਤ ਬੇਟੂ ਨੇ ਕਿਹਾ ਕਿ ਜਨਤਾ ਸੰਸਦ ਮੈਂਬਰਾਂ ਨੂੰ ਇਸ ਲਈ ਚੁਣ ਕੇ ਸੰਸਦ ਵਿੱਚ ਭੇਜਦੀ ਹੈ ਤਾਂ ਜੋ ਉਹਨਾਂ ਦੇ ਮਸਲੇ ਚੁੱਕ ਸਕਣ ਪਰ ਜਦੋਂ ਤੋਂ ਮਾਨਸ ਨੂੰ ਇਜਲਾਸ ਸ਼ੁਰੂ ਹੋਇਆ ਕਿਸੇ ਵੀ ਸੰਸਦ ਮੈਂਬਰ ਨੂੰ ਸਮਾਂ ਨਹੀਂ ਦਿੱਤਾ ਗਿਆ ਜੇਕਰ ਕੋਈ ਮੈਂਬਰ ਮੰਗਿਆਈ ਜੀਐਸਟੀ ਬੇਰੋਜ਼ਗਾਰੀ ਵਰਗੇ ਮੁੱਦਿਆਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਚੁੱਪ ਕਰਵਾ ਦਿੱਤਾ ਜਾਂਦਾ ਹੈ ਬੇਟੂ ਨੇ ਕਿਹਾ ਜੇ ਅਸੀਂ ਸੰਸਦ ਵਿੱਚ ਜਨਤਕ ਮੁੱਦੇ ਚੁੱਕਣਾ ਚਾਹੁੰਦੇ ਹਾਂ ਮੰਗਿਆਈ ਬੁਨਿਆਦੀ ਲੋੜਾਂ ਦੀ ਚੀਜ਼ਾਂ ਤੇ ਲਗਾਏ GST ਦੇ ਮੁੱਦੇ ਬਹਿਸ ਕਰਨਾ ਚਾਹੁੰਦੇ ਆ ਪਰ ਮੋਦੀ ਜੀ ਇੱਕ ਤਾਨਾਸ਼ਾਹ ਬਣ ਗਏ ਨੇ ਜਨਤਾ ਦੇ ਮੁੱਦਿਆਂ ਤੇ ਬਹਿਸ ਨਹੀਂ ਕਰਵਾਉਣਾ ਚਾਹੁੰਦੇ ਉਹਨਾਂ ਨੇ ਕਿਹਾ ਜੇਕਰ ਸੰਸਦ ਮੈਂਬਰਾਂ ਨੇ ਕਰੋਨਾ ਕਰੋੜਾਂ ਲੋਕਾਂ ਦੀ ਆਵਾਜ਼ ਚੁੱਕਣੀ ਤਾਂ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਜਾ ਰਿਹਾ ਹੈ ਚੱਲਦੇ ਕਬੱਡੀ ਮੈਚ ਦੇ ਵਿੱਚ ਖਿਡਾਰੀ ਦੀ ਹੋਈ ਮੌਤ ਖਿਡਾਰੀ ਨੂੰ ਟੱਚ ਕਰਕੇ ਦੌੜ ਰਿਹਾ ਸੀ ਕਬੱਡੀ ਮੈਚ ਦੇ ਦੌਰਾਨ ਇੱਕ ਖਿਡਾਰੀ ਦੀ ਮੌਤ ਹੋਣ ਨਾਲ ਸਨਸਨੀ ਫੈਲ ਗਈ ਹੈ ਤਾਮਿਲਨਾਡੂ ਦੇ ਪੰਨਰੂਤੀ ਨੇੜੇ ਮਾਨਕ ਦੀ ਕੁੱਪਣ ਪਿੰਡ ਦੇ ਵਿੱਚ ਮੈਚ ਦੌਰਾਨ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਹਾਦਸਾ ਐਤਵਾਰ ਨੂੰ ਵਾਪਰਿਆ ਜਿੱਥੇ ਜ਼ਿਲ੍ਹਾ ਪਧਰੀ ਮੈਚ ਦੌਰਾਨ ਵਾਪਰਿਆ ਮੈਚ ਦੌਰਾਨ 22 ਸਾਲਾ ਖਿਡਾਰੀ ਬਿੱਲਮ ਰਾਜ ਰੇਡ ਪਾਰਿਆ ਸੀ ਤਾਂ ਇਸ ਦਰਾਨ ਵਿਰੋਧੀ ਟੀਮ ਨੇ ਉਸ ਨੂੰ ਘੇਰ ਲਿਆ ਡਿੱਗ ਗਿਆ ਜਿਸ ਕਰਕੇ ਖਿਡਾਰੀ ਦਾ ਪੈਰ ਉਸ ਦੀ ਛਾਤੀ ਤੇ ਟਿਕਿਆ ਬਾਅਦ ਵਿੱਚ ਉਸ ਨੇ ਆਪਣੇ 2 ਪੁਆਇੰਟ ਬਿੱਲੇ ਹਾਲਾਂਕਿ ਇਸ ਤੋਂ ਬਾਅਦ ਉੱਠ ਨਹੀਂ ਸਕਿਆ ਉਸ ਦੇ ਸਾਥੀਆਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਾਵਧਾਨ 40 ਸਰਕਾਰੀ ਸਕੂਲਾਂ ਚ ਖਰਾਬ ਪਾਣੀ ਪੀ ਰਹੇ ਤੁਹਾਡੇ ਬੱਚੇ 40% ਸਕੂਲਾਂ ਦੇ ਵਿੱਚ ਤੇ ਸਿਹਤ ਵਿਭਾਗ ਵੱਲੋਂ ਕਰਵਾਏ ਟੈਸਟਾਂ ਦੇ ਵਿੱਚ ਖਲਾਸਾ ਦੋਸਤੋ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਪਾਣੀ ਵਾਕਈ ਖਰਾਬ ਹੋ ਚੁੱਕਾ ਜਾਂ ਨਹੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ Yes ਜਾਂ No ਲਿਖ ਕੇ ਆਪਣੇ ਕੀਮਤੀ ਵਿਚਾਰ ਰੱਖ ਸਕਦੇ ਹੋ ਸਰਕਾਰੀ ਸਕੂਲਾਂ ਦੇ ਪੀਣ ਵਾਲੇ ਪਾਣੀ ਦੇ 40% ਸੈਂਪਲ ਫੇਲ ਸਾਬਤ ਹੋਏ ਨੇ ਸਿਹਤ ਵਿਭਾਗ ਨੇ ਹਾਲ ਹੀ ਦੇ ਵਿੱਚ ਕਰਵਾਏ ਟੈਸਟਾਂ ਚੋਂ ਖੁਲਾਸਾ ਹੋਇਆ ਇੱਕ ਪਾਸੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਮਿੱਡੇ ਮੀਲ ਦੇ ਸਿਹਤਮੰਦ ਖਾਣਾ ਖਵਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਜੋ ਪਾਣੀ ਸਕੂਲਾਂ ਵਿੱਚ ਬੱਚੇ ਪੀ ਰਹੇ ਨੇ ਉਹ ਪੀਣ ਲਾਇਕ ਹੀ ਨਹੀਂ ਹੈ ਹਾਲ ਹੀ ਦੇ ਵਿੱਚ ਲੁਧਿਆਣਾ ਸਿਹਤ ਵਿਭਾਗ ਵੱਲੋਂ 200 ਸਰਕਾਰੀ ਸਕੂਲਾਂ ਦੇ ਸੈਂਪਲ ਲੈ ਕੇ ਜਿਨ੍ਹਾਂ ਦੇ ਵਿੱਚੋਂ 70% ਦੀ ਸੈਂਪਲ ਟੈਸਟ ਫੇਲ ਹੋਏ ਨੇ ਤੇ 40% ਦੀ ਪਾਣੀ ਪੀਣ ਦੇ ਲਾਇਕ ਨਹੀਂ ਇਸ ਦੇ ਬਾਵਜੂਦ ਛੋਟੇ ਬੱਚੇ ਇਹ ਪਾਣੀ ਪੀਣ ਦੇ ਲਈ ਮਜਬੂਰ ਨੇ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਹੋਇਆ ਦੇਹਾਂਤ ਸਫਰੀ ਵੋਇਸ ਦੇ ਨਾਲ-ਨਾਲ ਮਸ਼ਹੂਰ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਇੰਗਲੈਂਡ ਦੀ ਧਰਤੀ ਤੇ ਦੇਹਾਂਤ ਹੋ ਗਿਆ ਜੇ ਦਿਲ ਦੀ ਬਾਈਪਾਸ ਸਰਜਰੀ ਹੋਈ ਸੀ ਜਿਸ ਤੋਂ ਬਾਅਦ ਉਹ ਕੋਮਾ ਚ ਚਲੇ ਗਿਆ ਜਿਸ ਤੋਂ ਬਾਅਦ ਉਹ ਠੀਕ ਹੋ ਗਏ ਪਰ ਅੱਜ ਉਹਨਾਂ ਦਾ ਦੇਹਾਂਤ ਹੋ ਗਿਆ ਡੀਜੀਪੀ ਪੰਜਾਬ ਨੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿੱਚ ਸਾਰੇ ਸੀਪੀਜ ਅਤੇ ਐਸਐਸਪੀ ਨਾਲ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਅਤੇ ਅਪਰਾਧਾਂ ਦੀ ਸਮੀਖਿਆ ਕਰਨ ਦੇ ਲਈ ਸੂਬਾ ਪੱਧਰੀ ਮੀਟਿੰਗ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਬਣਾਉਣ ਦੇ ਲਈ ਧ੍ਰਿੜ ਵਚਨਬੱਧਤਾ ਦੁਹਰਾਉਂਦੇ ਹੋਏ ਡੀਜੀਪੀ ਨੇ ਸਮੂਹ ਜ਼ਿਲ੍ਹਾ ਪੁਲਿਸ ਮੁਖੀਆਂ ਅਨੁਸਾਰੇ ਨਾਮੀ ਤਸਕਰਾਂ ਤੇ ਗੈਂਗਸਟਰਾਂ ਦੀ شناخت ਕਰਕੇ ਸਮਾਜ ਵਿਰੋਧੀ ਅੰਸਰਾਂ ਤੇ ਨਸ਼ਾ ਤਸਕਰਾਂ ਤੇ ਨਕੀਲ ਕਸਾਂ ਦੇ ਨਿਰਦੇਸ਼ ਦਿੱਤੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕੈਨੇਡਾ ਜਾਣ ਵਾਲਿਆਂ ਨੂੰ ਤੁਰੰਤ ਪਾਸਪੋਰਟ ਦੇਣ ਵਾਸਤੇ ਹੋਵੇਗੀ ਬਾਦੂ ਫੀਸ ਪਾਸਪੋਰਟ ਦੀ ਉਡੀਕ ਵਿੱਚ ਲੱਗੀਆਂ ਲੰਬੀਆਂ ਕਤਾਰਾਂ ਦਰਮਿਆਨ ਕੈਨੇਡਾ ਸਰਕਾਰ ਵੱਲੋਂ ਨਵੀਂ ਵੈੱਬਸਾਈਟ ਸ਼ੁਰੂ ਕੀਤੀ ਜਿਸ ਵਿੱਚ ਕਿਸੇ ਕਿਸਮ ਦੀ ਵਰਡਮੁਲੀ ਜਾਣਕਾਰੀ ਮਹੀਆ ਅਗਰਵਾਈ ਜਾਵੇਗੀ ਪਰ ਪਾਸਪੋਰਟ ਵਾਸਤੇ ਅਪਾਇੰਟਮੈਂਟ ਬੁੱਕ ਕਰਨ ਦਾ ਕੋਈ ਤਰੀਕਾ ਨਹੀਂ ਦੱਸਿਆ ਗਿਆ ਕੌਣ ਸੀ ਵਿੱਕੀ ਮਿੱਡੂ ਖੇੜਾ ਜਿਸ ਦੇ ਕਤਲ 'ਚ ਪੁਲਿਸ ਨੇ ਕਈ ਸਾਲਾਂ ਬਾਅਦ ਚਾਰਜ ਸ਼ੀਟ ਫਾਈਲ ਕੀਤੀ ਹੈ ਮੋਹਾਲੀ ਪੁਲਿਸ ਵੱਲੋਂ ਯੂਥ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਵਿੱਚ 1 ਸਾਲ ਬਾਅਦ ਚਾਰਜ ਸ਼ੀਟ ਦਾਖਲ ਕੀਤੀ ਹੈ 7 ਅਗਸਤ ਨੂੰ ਸੈਕਟਰ 71 ਦੀ ਮਾਰਕੀਟ ਵਿੱਚ ਉਹ ਇੱਕ ਕਤਲ ਕੇਸ ਚ ਕੁੱਲ 6 ਮੁਲਜ਼ਮਾ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ ਮੁਲਜ਼ਮਾ ਖਿਲਾਫ ਆਈਪੀਸੀ ਦੀਆਂ ਧਰਾਵਾਂ 302 120ਬੀ ਤੇ 34 ਲਾਈਆਂ ਗਈਆਂ ਨੇ ਵਿੱਕੀ ਮਿੱਡੂਗੜਾ ਦੇ ਚੰਡੀਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਾਲ 2009 ਦੇ ਵਿੱਚ ਐਕਟਿਵ ਰਹਿਣਾ ਸ਼ੁਰੂ ਕੀਤਾ ਸੀ ਤੇ 2014 ਦੇ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਾਨੀ ਕਿ ਐਸਓਆਈ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਰਗਰਮ ਸੀ ਜਾਨੀ ਕਿ ਸੋਪੋ ਦੇ ਵਿੱਚ ਉਸ ਤੋਂ ਪਹਿਲਾਂ ਉਸਨੇ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਅਤੇ ਐਮਏ ਡਿਫੈਂਸ ਕੀਤੀ ਸੀ ਜਿਸ ਤੋਂ ਬਾਅਦ ਉਸਨੇ ਫ੍ਰੈਂਚ ਭਾਸ਼ਾ ਦੇ ਵਿੱਚ ਕੋਰਸ ਕਰਨ ਲਈ ਦਾਖਲਾ ਲਿਆ 10 ਤੋਂ 12 ਉਹ ਸੋਪੂ ਪਾਰਟੀ ਦਾ ਪ੍ਰਧਾਨ ਰਿਹਾ ਤੇ ਬਾਅਦਲ ਵੱਲੋਂ ਉਸ ਨੂੰ ਕਾਲੀ ਦਲ ਦੇ ਵਿਦਿਆਰਥੀ ਵਿੰਗ ਦਾ ਚੰਡੀਗੜ੍ਹ ਦਾ ਜ਼ੋਨ ਇੰਚਾਰਜ ਥਾਪਿਆ ਗਿਆ ਸੀ ਜ਼ਿਆਦਾ ਜਾਣਕਾਰੀ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਤੋਂ ਚੈੱਕ ਕਰ ਸਕਦੇ ਹੋ ਗੈਂਗਸਟਰਾਂ ਦੇ ਨਿਸ਼ਾਨੇ ਤੇ ਪੰਜਾਬੀ ਗਾਇਕ ਇੰਟੈਲੀਜੈਂਸ ਬਿਊਰੋ ਨੂੰ ਮਿਲੇ ਇਨਪੁਟ ਗੈਂਗਸਟਰਾਂ ਦੀ ਨਜ਼ਰ ਹੁਣਾਂ 60000 ਕਰੋੜ ਦੀ ਪੰਜਾਬੀ 뮤직 ਇੰਡਸਟਰੀ ਦੇ ਜਿਸ ਨੇ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾ ਲਈ ਇਸ ਇੰਡਸਟਰੀ ਦੇ ذریعے ਗੈਂਗਸਟਰ ਆਪਣੇ ਕਾਲੇ ਤੰਦ ਨੂੰ ਸਫੇਦ ਤੰਦ ਦੇ ਵਿੱਚ ਬਦਲਣਾ ਚਾਹੁੰਦੇ ਨੇ ਇੰਟੈਲੀਜੈਂਸ ਬਿਊਰੋ ਦੇ ਪੰਜਾਬ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਤੱਥ ਦੇ ਵਿੱਚ ਜਾਂਚ ਕਰਨ ਦੇ ਵਿੱਚ ਆਈਬੀ ਨੂੰ ਕੈਨੇਡਾ ਦੇ ਵਿੱਚ ਬੈਠੇ ਪੰਜਾਬ ਨਾਲ ਸੰਬੰਧਿਤ ਕੁਝ ਪੰਜਾਬੀ ਗਾਇਕਾਂ ਦੇ ਕਨੈਕਸ਼ਨ ਮਿਲਣ ਜਿਸ ਤੋਂ ਬਾਅਦ ਆਈਬੀ ਦੇ ਰੈਡਾਰ ਤੇ ਆ ਗਏ ਨੇ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੇ ਲੋਕਾਂ ਮੁਤਾਬਕ ਇੰਡਸਟਰੀ 'ਚ ਮੌਜੂਦ ਕੀਮਤ 60000 ਕਰੋੜ ਪਹੁੰਚ ਚੁੱਕੀ ਹੈ ਚੰਗੀ ਗੱਲ ਇਹ ਹੈ ਕਿ ਇਸ ਹਫ਼ਤੇ ਉਦਯੋਗ ਦੀ ਸਲਾਨਾ ਹਸਤ ਲਗਭਗ 15% ਦੀ ਹੋ ਗਈ ਹੈ ਪੰਜਾਬ ਦੇ ਵਿੱਚ ਮਿਊਜ਼ਿਕ ਇੰਡਸਟਰੀ ਜੋ 450 ਤੋਂ ਵੱਧ ਰਜਿਸਟਰਡ ਸੰਗੀਤ ਲੇਬਲ ਹਨ ਜੋ ਕਿ ਹਰ ਰੋਜ਼ 20 ਤੋਂ 30 ਗੀਤ ਰਿਲੀਜ਼ ਕਰਦੇ ਨੇ ਤੇ 2021 ਤੋਂ ਇੰਡਸਟਰੀ ਨੇ 5000 ਤੋਂ ਵੱਧ ਸੰਗੀਤ ਵੀਡੀਓਜ਼ ਜਾਰੀ ਕੀਤੀਆਂ ਨੇ ਕਰੋੜਾਂ ਦੀ ਇਸ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੰਜਾਬ ਦੇ ਗੈਂਗਸਟਰ ਆਪਣਾ ਸਮਰਾਜ ਕਾਇਮ ਕਰਨ ਦੇ ਲਈ ਮੁਕਾਬਲਾ ਕਰ ਰਹੇ ਨੇ ਇਸ ਗੱਲ ਦਾ ਇੱਕ ਖਲਾਸਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੋਇਆ ਹੈ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕਈ ਪੰਜਾਬੀ ਗਾਇਕਾਂ ਦੇ ਗੈਂਗਸਟਰਾਂ ਨਾਲ ਸਬੰਧ ਨੇ ਜਿਸ ਤੋਂ ਬਾਅਦ ਅਜਿਹੇ ਸਬੂਤ ਮਿਲ ਚੁੱਕੇ ਨੇ ਬੰਬੀਹਾ ਗਰੁੱਪ ਦੇ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਵੀ ਪੰਜਾਬ ਦੇ ਵਿੱਚ ਇੱਕ 뮤직 ਕੰਪਨੀ ਸਥਾਪਿਤ ਕਰਨਾ ਚਾਹੁੰਦਾ ਹੈ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ 뮤직 ਇੰਡਸਟਰੀ 'ਚ ਦਵਿੰਦਰ ਬੰਬੀਹਾ ਗੈਂਗ ਦਾ ਦਬਦਬਾ ਵਧਦਾ ਜਾ ਰਿਹਾ ਜਿਉਂ ਗੱਲ ਲਾਰੈਂਸ ਬਿਸ਼ਨੋਈ ਤੜੇ ਨੂੰ ਮਨਜ਼ੂਰ ਨਹੀਂ ਹੈ ਖਬਰ ਪਟਿਆਲਾ ਤੋਂ ਅੱਜ ਇੱਥੇ ਟੀਕਾ ਕਰਨ ਦੀ ਤੇਜ਼ੀ ਲਿਆਉਣ ਲਈ ਏਡੀਸੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੋਵਿਡ ਮਹਾਮਾਰੀ ਤੋਂ ਛੁਟਕਾਰਾ ਲਈ ਜ਼ਿਲ੍ਹੇ ਦੇ ਯੋਗ ਨਾਗਰਿਕਾਂ ਨੂੰ ਸੰਪੂਰਨ ਕੋਵਿਡ ਟੀਕਾ ਕਰਨਾ ਤੇ ਕੋਵਿਡ ਟੀਕਾ ਕਰਨ ਨੂੰ 100% ਦੀ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਧੀਕ ਡਿਪਟੀ ਕਮਿਸ਼ਨਰ ਜੀਐਸ ਥਿੰਦ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਕੀਤੀ ਗਿਆ ਇਸ ਮੌਕੇ ਵਿਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੇਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿਸ ਕਰਕੇ ਹੁਣ ਟੀਕਾ ਦੀ ਗਿਣਤੀ ਨੂੰ ਵਧਾ ਦੇਣਾ ਚਾਹੀਦਾ ਹੈ ਟੀਕਾ ਕਰਨ ਦੀ ਤੇਜ਼ੀ ਲਿਆਉਣੀ ਚਾਹੀਦੀ ਹੈ ਐਮਪੀ ਸਿਮਰਨਜੀਤ ਸਿੰਘ ਮਾਨ ਮੋੜ ਵਿਵਾਦਾਂ ਤੋਂ ਹਰਮੰਦਰ ਸਾਹਿਬ ਤੋਂ ਹਟਾਈ ਜਾਵੇ ਭਗਤ ਸਿੰਘ ਦੀ ਤਸਵੀਰ ਸ਼ਹੀਦ ਭਗਤ ਸਿੰਘ ਨੂੰ ਆਤਵਾਦੀ ਕਹਿਣ ਤੋਂ ਬਾਅਦ ਹੁਣ ਸਿਮਰਨਜੀਤ ਸਿੰਘ ਮਾਨ ਦੀ ਕਵਾਈ ਵਾਲੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨੇ ਹਰਮੰਦਰ ਸਾਹਿਬ ਦੇ ਵਿੱਚੋਂ ਕੇਂਦਰੀ ਸਿੱਖ ਅਜਾਬਕਰ ਤੋਂ ਉਸ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ ਹੈ ਮਾਨ ਦੇ ਪੁੱਤਰ ਇਮਾਨ ਸਿੰਘ ਦੀ ਕਵਾਈ ਵਿੱਚ ਇੱਕ ਵਫਤ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਨੂੰ ਮੰਗ ਪੱਤਰ ਸੌਂਪਦਾ ਗਿਆ ਕਿ ਉਹ ਆਪਣੇ ਆਪ ਨੂੰ ਨਾਸਤਕ ਸਮਝਦਾ ਸੀ ਇਸ ਲਈ ਉਸ ਦੀ ਤਸਵੀਰ ਅਜਾਬਕਰ ਤੋਂ ਹਟਾਈ ਜਾਵੇ ਸੰਸਦ ਬੰਨਣ ਤੋਂ ਬਾਅਦ ਮਾਨ ਇੱਕ ਦੇ ਬਾਅਦ ਇੱਕ ਬਿਆਨ ਜਿਹੜਾ ਵਿਵਾਦਾਂ ਦੇ ਵਿੱਚ ਘਿਰਦੇ ਆ ਰਹੇ ਨੇ ਕ੍ਰਾਂਤੀਕਾਰੀ ਨੂੰ ਅਤਵਾਦੀ ਕਹਿਣ ਤੋਂ ਬਾਅਦ ਸੁਪਰੀਮੋ ਮਾਨ ਨੇ ਚੰਦਕ ਤੌਰ ਤੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਿਹਨੂੰ ਬਿਗ ਬ੍ਰੇਕਿੰਗ ਨਿਊਜ਼ ਕਹਿੰਦੇ ਨੇ ਐਡਵੋਕੇਟ ਜਨਰਲ ਦੇ ਅਸਤੀਫੇ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਾਰਜਸ਼ੈਲੀ ਤੇ ਕੀਤੇ ਸਵਾਲ ਖੜੇ ਅਸ਼wini ਸ਼ਰਮਾ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਨੂੰ ਲੈ ਕੇ ਪਾਜਪਾ ਦੇ ਸੂਬਾ ਪ੍ਰਧਾਨਾ ਅਸ਼wini ਸ਼ਰਮਾ ਨੇ ਭਗਵੰਤ ਮਾਨ ਸਰਕਾਰ ਦੀ ਕਾਰਤੱਸ਼ਾਲੀ ਤੇ ਸਵਾਲ ਚੁੱਕਦਿਆ ਗਿਆ ਕਿ ਭਗਵੰਤ ਮਾਨ ਸਰਕਾਰ ਨੇ 4 ਮਹੀਨਿਆਂ ਦੇ ਸ਼ਾਸਨ ਦੌਰਾਨ ਪੰਜਾਬ ਦੇ ਤਿੰਨ ਮੁੱਖ ਥੰਮ ਡੇਗੇ ਨੇ ਪੰਜਾਬ ਦੇ ਡੀਜੀਪੀ ਛੁੱਟੀ ਤੇ ਚਲੇ ਗਏ ਨੇ ਮੁੱਖ ਸਿਕੱਤਰ ਨੂੰ ਬਦਲ ਦਿੱਤਾ ਗਿਆ ਤੇ ਹੁਣ ਐਡਵੋਕੇਟ ਜਨਰਲ ਦਾ ਅਸਤੀਫਾ ਦੇ ਦਿੱਤਾ ਉਹਨਾਂ ਨੇ ਕਿਹਾ ਜੀ ਐਡਵੋਕੇਟ ਜਨਰਲ ਦਾ ਕੰਮ ਸੂਬੇ ਦੇ ਵਿੱਚ ਅਮਨ ਕਾਨੂੰਨ ਤੇ ਇਸ ਤੇ ਮਾਮਲਿਆਂ ਨੂੰ ਦੇਖਣਾ ਹੁੰਦਾ ਪਰ ਪੰਜਾਬ ਦੇ ਡੀਜੀਪੀ ਪਹਿਲਾਂ ਹੀ ਛੁੱਟੀ ਤੇ ਚਲੇ ਗਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਖ ਜ਼ਕੱਤਰ ਨੂੰ ਬਦਲ ਦਿੱਤਾ ਗਿਆ ਹੁਣ ਅਸਤੀਫਾ ਐਡਵੋਕੇਟ ਨੇ ਦਿੱਤਾ ਜੇ ਉਹ ਕੀ ਸਪਸ਼ਟ ਕਰ ਦਿੱਤਾ ਹੈ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਇਰਾਦਿਆਂ ਦੇ ਵਿੱਚ ਖੂਟ ਹੀ ਖੂਟ ਦਿਖਾਈ ਦੇ ਰਹੀ ਹੈ। ਉਹਨਾਂ ਨੇ ਕਿਹਾ ਜੀ ਵਿਧਾਇਕਾਂ ਤੇ ਆਗੂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲੜਦੇ ਝਗੜਦੇ ਤੇ ਗੰਦੀਆਂ ਗਾਲਾਂ ਕੱਢਦੇ ਦਿਖਾਈ ਦੇ ਰਹੇ ਨੇ। ਪੀਐਮ ਕਿਸਾਨ ਸਨਮਾਨ ਨidhi ਯੋਜਨਾ ਤਹਿਤ ਲਾਭਪਾਤਰੀ 31 ਜੁਲਾਈ ਤੱਕ ਕਰਵਾਉਣ ਆਪਣੀ ਕੇ ਵੀਆਈਸੀ। ਸਕੀਮ ਤਹਿਤ ਬੰਦ ਹੋ ਚੁੱਕਿਆ ਲਾਭ ਸ਼ੁਰੂ ਕਰਵਾਉਣ ਦੇ ਲਈ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫਸਰ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਵਿੱਚ ਕਰਵਾਓ ਵੈਰੀਫਿਕੇਸ਼ਨ ਮੁੱਖ ਖੇਤੀਬਾੜੀ ਅਫਸਰ ਮਲੇੜਕੋਟਲਾ ਡਾਕਟਰ ਸਤਪਾਲ ਸਿੰਘ ਨੇ ਕਿਸਾਨਾਂ ਨੂੰ ਭਾਰਤ ਸਰਕਾਰ ਦੇ ਪੀਐਮ ਕਿਸਾਨ ਪੋਰਟਲ ਤੇ ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਈਲ ਐਪ ਦੇ ਰਾਹੀਂ ਆਪਣੇ ਪੋਰਟਲ ਤੇ ਰਜਿਸਟਰਡ ਕਰਤਾ ਹੈ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਜੀ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫਸਰ ਮੁੱਖ ਖੇਤੀਬਾੜੀ ਅਫਸਰ ਦੇ ਦਫ਼ਤਰ ਵਿੱਚ ਤੁਰੰਤ ਜ਼ਰੂਰੀ ਦਸਤਾਵੇਜ਼ ਲੈ ਕੇ ਪਹੁੰਚੋ ਸੀਨੀਅਰ ਐਡਵੋਕੇਟ ਵਿਨੋਦ ਕਈ ਬਣੇ ਪੰਜਾਬ ਦੇ ਨਵੇਂ ਏਜੰਸੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਮਨੋਦ ਕਈ ਨੂੰ ਨਾ ਜਨਰਲ ਨਿਯੁਕਤ ਕੀਤਾ ਗਿਆ ਹਾਲਾਂਕਿ ਇਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤੁਹਾਨੂੰ ਦੱਸ ਦਈਏ ਕਿ ਮਨੋਦ ਕਈ ਰਾਮ ਰਹੀਮ ਦਾ ਕੇਸ ਵੀ ਲੜ ਰਹੇ ਨੇ ਆਪ ਸਰਕਾਰ ਵੱਲੋਂ ਬਰਗਾੜੀ ਮਾਮਲੇ ਦੇ ਵਿੱਚ ਰਾਮ ਰਹੀਮ ਦੇ ਵਕੀਲ ਨੂੰ ਨਵਾਂ ਐਡਵੋਕੇਟ ਜਨਰਲ ਲਾ ਦਿੱਤਾ ਦਾਦੂਵਾਲ ਹੋਇਆ ਗਰਮ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਬਰਗਾੜੀ ਵਿਧਬੀ ਕਾਂਡ ਦੇ ਮੁੱਖ ਮੁੱਲਜਮ ਡੇਰਾ सिरसामुखी ਗੁਰਮੀਤ ਰਾਮ ਰਹੀਮ ਤੇ ਉਸਦੇ ਪੈਰੋਕਾਰਾਂ ਦੇ ਵਕੀਲ ਮਨੋਦ ਕਈ ਨੂੰ ਨਵਾਂ ਐਡਵੋਕੇਟ ਜਨਰਲ ਲਾ ਦਿੱਤਾ ਹੈ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਜੀ ਮਨੋਦ ਕਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਡੇਰਾ सिरसामुखी ਤੇ ਉਸਦੇ ਪੈਰੋਕਾਰਾਂ ਦਾ ਵਕੀਲ ਹੈ ਤੇ ਪੰਜਾਬ ਸਰਕਾਰ ਉਸ ਨੂੰ ਐਡਵੋਕੇਟ ਜਨਰਲ ਲਾ ਰਹੀ ਹੈ ਉਹਨਾਂ ਨੇ ਕਿਹਾ ਜੀ ਸਰਕਾਰ ਬੇਅਦਬੀ ਮਾਮਲਿਆਂ ਵਿੱਚ ਇਨਸਾਫ ਦੇ ਵਾਅਦੇ ਨਾਲ ਸੱਤਾ ਚੁਆਈ ਸੀ ਪਰ ਹੁਣ ਹੋਰ ਹੀ ਰਾਹ ਤੇ ਤੁਰ ਪਈ ਹੈ ਇਨਸਾਫ ਤਾਂ ਕੀ ਦੇਣਾ ਸਗੋ ਹਾਈ ਕੋਰਟ ਵਿੱਚ ਜਿਹੜਾ ਦੋਛੀਆਂ ਦਾ ਕੇਸ ਲੜ ਰਿਹਾ ਉਸ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਅਧਿਕਾਰਤ ਕਲੋਨੀਆਂ ਨੂੰ ਆਲਾ ਦਰਜੇ ਦੀਆਂ ਸਹੂਲਤਾਂ ਯਕੀਨੀ ਬਣਾਏਗੀ ਅਮਨ अरोड़ा ਸੂਬੇ ਦੇ ਸ਼ਹਿਰੀ ਇਲਾਕਿਆਂ ਵਿੱਚ ਨਾਗਰਿਕਾਂ ਨੂੰ ਸਾਰੀਆਂ ਮੋਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ अरोड़ा ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਅਧਿਕਾਰਤ ਕਲੋਨੀਆਂ ਦੇ ਵਸਨੀਕਾਂ ਨੂੰ ਆਲਾ ਦਰਜੇ ਦੀਆਂ ਸਹੂਲਤਾਂ ਯਕੀਨੀ ਬਣਾਏਗੀ ਅਮਨ अरोड़ा ਨੇ ਕਿਹਾ ਜੀ ਇਸੇ ਵਚਨਬੱਧਤਾ ਤਹਿਤ ਸੂਬਾ ਸਰਕਾਰ ਆਪਣੇ ਸ਼ਹਿਰੀ ਖੇਤਰਾਂ ਦੇ ਵਿੱਚ ਇਸ ਸੁਤੰਤਰਤਾ ਦਿਵਸ ਮੌਕੇ ਪਟਿਆਲਾ ਵਿਕਾਸ ਅਥਾਰਟੀ ਅਦीन ਆਉਂਦੀਆਂ ਵੱਖ-ਵੱਖ ਥਾਵਾਂ ਦੀ ਨਲਾਮੀ ਤੁਲਾਵਾਨਾਂ ਵਿਸਕੀਮ ਲਾਂਚ ਕਰਨ ਜਾ ਰਹੀ ਹੈ। ਅੱਜ ਪਟਿਆਲਾ ਵਿਕਾਸ ਅਥਾਰਟੀ ਦੇ ਕੰਮਕਾਜ ਦਾ ਜਾਇਜ਼ਾ ਲੈਣ ਦਾ ਮਨੋੜੋੜਾ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ 34.64 ਕਰੋੜ ਵਾਲੇ ਪ੍ਰੋਜੈਕਟ ਪੀਡੀਏ ਇਨਕਲੇਵ ਤੁਰੀ ਨੂੰ ਆਸਲ ਸਥਿਤੀ ਦਾ ਮੁਲਾਂਕਣ ਕੀਤਾ। ਸ਼੍ਰੀ ਹਰਮੰਦਰ ਸਾਹਿਬ ਪਹੁੰਚੀ ਮੰਤਰੀ ਅਨਮੋਲ ਗਗਨ ਮਾਨ ਕਿਹਾ ਪੰਜਾਬ ਚ ਟੂਰਿਜ਼ਮ ਵਧਾਉਣ ਲਈ ਚੁੱਕੇ ਜਾਣਗੇ ਕਦਮ। ਪੰਜਾਬ ਕੈਬਨਿਟ ਦੇ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅੱਜ ਟੂਰਿਜ਼ਮ ਮੰਤਰੀ ਵਜੋਂ ਮਿਲੀ ਜ਼ਿੰਮੇਵਾਰੀ ਦੇ ਸ਼ੁਕਰਾਨੇ ਵਜੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਾਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਹਨਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉੱਤੇ ਹੀ ਰਸ ਪਿੰਨੀ ਬਾਣੀ ਦਾ ਆਨੰਦ ਮਾਣਿਆ ਇਸ ਮੌਕੇ ਉਹਨਾਂ ਨੇ ਵਿਸ਼ਵ ਭਰ ਦੀਆਂ ਆਸਥਾ ਤੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਟੂਰਿਜ਼ਮ ਦੇ ਖੇਤਰ ਵਿੱਚ ਹੋਰ ਪਲਪੂਰਨਤ ਕਰਨ ਦੀ ਗੱਲ ਕਹੀ ਇਸ ਮੌਕੇ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਜਿ ਸਾਨੂੰ ਵਾਹਿਗੁਰੂ ਜੀ ਦੀ अपार कृपा ਸਦਕਾ ਪੰਜਾਬ ਦੀ ਜਨਤਾ ਨੇ ਜੋ ਮਾਣ ਬਖਸ਼ਿਆ ਉਸ ਤੇ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਕੇ ਆਤਮਸਤਕ ਹੋਣ ਲਈ ਪਹੁੰਚੇ ਆ। ਵਿਸ਼ਵ ਪੱਧਰ ਦੀ ਆਸਥਾ ਹੈ ਕਿ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਟੂਰਿਜ਼ਮ ਦੇ ਖੇਤਰ ਵਿੱਚ ਹੋਰ ਪ੍ਰਫੁੱਲਤ ਕਰਨ ਲਈ ਸੰਭਵ ਕੋਸ਼ਿਸ਼ ਕਰਾਂਗੇ। ਤਾਂ ਜੋ ਜਿਆਦਾ ਤੋਂ ਜਿਆਦਾ ਲੋਕ ਜਿਆਦਾ ਤੋਂ ਜਿਆਦਾ ਇੱਥੇ ਰੁਕਣ ਤੇ ਇਸ ਦਾ ਆਨੰਦ ਮਾਣ ਸਕਣ। ਮੌਸਮ ਵਿਭਾਗ ਦੀ ਭਵਿੱਖਬਾਣੀ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਪੈ ਸਕਦਾ ਭਾਰੀ ਮੀਂਹ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਲ੍ਹਾ ਲੁਧਿਆਣਾ ਤੋਂ। ਜਥੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਖੀ ਦਾ ਕਹਿਣਾ ਕਿ ਆਉਣ ਵਾਲੇ 2 ਦਿਨਾਂ ਵਿੱਚ yellow alert ਜਾਰੀ ਕਰ ਦਿੱਤਾ ਹੈ। ਕਈ ਇਲਾਕਿਆਂ ਦੇ ਵਿੱਚ ਭਰਪੂਰ بارش ਹੋ ਰਹੀ ਹੈ ਪਰ ਕਹਾਲੇ ਵੀ ਕਈ ਇਲਾਕੇ بارش ਹੋ ਸਕਣੇ ਨੇ ਜੇਕਰ ਆਉਣ ਦੇ 2-3 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਭਰ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ ਕਈ ਥਾਵਾਂ ਤੇ ਦਰਮਿਆਨੀ ਤੇ ਕਈ ਥਾਵਾਂ ਤੇ ਭਾਰੀ بارش ਪੈਣ ਦੀ ਮੌਸਮ ਵਿਭਾਗ ਨੇ ਪੁਵਿਕ ਬਾਣੀ ਕਰ ਦਿੱਤੀ ਹੈ। ਸੋਨੇ ਚਾਂਦੀ ਦੀਆਂ ਕੀਮਤਾਂ ਚੁਆਈ ਗ੍ਰਾਵਟ 10 ਗ੍ਰਾਮ ਸੋਨੇ ਦਾ ਰੇਟ ਤੁਹਾਡੇ ਨਾਲ ਕਰਦੇ ਹਾਂ ਜਿਸ ਸਾਝਾ ਸਨੇਰੀ ਤੱਤੂ ਸੋਨਾ ਤੇ ਚਮਕਦਾਰ ਤੱਤੂ ਚਾਂਦੀ ਅੱਜ ਫਿਰ ਓਸ਼ਾਲ ਦੇ ਨਾਲ ਉੱਪਰਲੇ ਰੈਂਜ ਤੇ ਦਿਖਾਈ ਦਿੱਤੇ ਨੇ ਵਾਇਦਾ ਬਾਜ਼ਾਰ ਵਿੱਚ ਸੋਨਾ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਤੇ ਪਰਚੂਨ ਵਿੱਚ ਇਸ ਦੀ ਸਥਿਤੀ ਘਟ ਜਾਂ ਘਟ ਰਹੀ ਹੈ ਸੋ ਐਮ ਸੀ ਐਕਸ ਤੇ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਦਿਖਾਈ ਦੇ ਰਿਹਾ ਹੈ ਫਰੋਜ਼ਪੁਰ ਤੋਂ ਖਬਰਾਂ ਜਿੱਥੇ ਜੀਜੇ ਦੇ ਦੋਸਤ ਨਾਲ ਕਰੋਪੱਜ ਨਾਂ ਵਾਲਕਾਂ ਨੇ ਵਾਪਸ ਮੁੜਦਿਆਂ ਹੀ ਕਰਾਇਆ ਜ਼ਬਰਜਨਾ ਦਾ ਪਰਚਾ ਦਰਜ ਕੁਝ ਦਿਨ ਪਹਿਲਾਂ ਆਪਣੇ ਜੀਜੇ ਦੇ ਦੋਸਤ ਦੇ ਨਾਲ ਕਰੋਪੱਜ ਇੱਕ ਨਵਾਲਕ ਲੜਕੀ ਦੇ ਕਰੀਬ 4.5 ਮਹੀਨੇ ਬਾਅਦ ਵਾਪਸ ਮੁੜਦੇ ਆਪਣੇ ਪ੍ਰੇਮੀ ਦੇ ਖਿਲਾਫ ਜ਼ਬਰਜਨਾ ਦਾ ਦਰਜਾ ਪਰਚਾ ਦਰਜ ਕਰ ਦਿੱਤਾ ਹੈ ਜੀ ਥਾਣਾ ਮੱਲਾਵਾਲ ਦੇ ਅਦੀਨਾਉਂ ਦੇ ਪਿੰਡ ਦੀ ਨਵਾਲਕ ਲੜਕੀ ਦਾ ਦੋਸ਼ ਹੈ ਕਿ ਉਕਤ ਨੌਜਵਾਨ ਉਸ ਨੂੰ ਵਿਆਹ ਦਾ ਲਾਰਾ ਲਾ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ ਜਿਸ ਤੋਂ ਬਾਅਦ ਥਾਣਾ ਮੱਲਾਵਾਲਾ ਪੁਲਿਸ ਨੇ ਉਕਤ ਨੌਜਵਾਨ ਦੇ ਖਿਲਾਫ 363 366 376 330 ਤੇ 34 ਆਈਪੀਸੀ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਕੈਪਟਨ ਦੇ ਸਿਸਵਾਵਾਂ ਨੇੜੇ 125 ਏਕੜ ਸ਼ਾਮਲਾਟ ਜ਼ਮੀਨ ਤੋਂ ਛਡਵਾਇਆ ਗਿਆ ਜਿਸ ਨੂੰ ਪੰਜਾਬ ਸਰਕਾਰ ਨੇ ਚੰਡੀਗੜ੍ਹ ਦੀ ਜੂ ਵਿੱਚ ਵਸੇ ਪਿੰਡ ਸਿਸਵਾ ਦੀ 100 25 ਏਕੜ ਖਾਮਲਾੜ ਜ਼ਮੀਨ ਤੋਂ ਨਜਾਇਜ਼ ਕਬਜ਼ਾ ਛਡਵਾਇਆ ਸਿਸਕ ਜ਼ਮੀਨ ਦੀ ਕੀਮਤ ਕਈ ਕਰੋੜ ਰੁਪਏ ਦੱਸੀ ਜਾ ਰਹੀ ਹੈ ਜਿਸ ਨੂੰ 13 ਵਿਅਕਤੀਆਂ ਵੱਲੋਂ ਕਬਜ਼ਾ ਕੀਤਾ ਗਿਆ ਸੀ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਪੰਚਾਇਤੀ ਵਿਭਾਗ ਨੇ ਸਿਸਵਾ ਪਿੰਡ ਦੀ ਪੰਚਾਇਤ ਜ਼ਮੀਨ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਮਾਲ ਵਿਭਾਗ ਦੇ ਰਿਪੋਰਟ ਰਿਕਾਰਡ ਦੇ ਵਿੱਚ ਅੰਦਰਾਸ ਕਰ ਲਿਆ ਹੈ ਇਹ ਕੀਮਤ ਜਿਹੜੀ ਕਰੀਬ 2.1 ਕਰੋੜ ਰੁਪਏ ਪ੍ਰਤੀ ਏਕੜ ਬੰਦੀ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਵੱਲੋਂ ਇਸ ਖੇਤਰ 'ਚੋਂ ਨਾਜਾਇਜ਼ ਕਬਜ਼ੇ ਹਟਾਣ ਤੋਂ 10 ਏਕੜ ਜ਼ਮੀਨ ਨੂੰ ਛਡਵਾਇਆ ਜਾਵੇਗਾ। ਸੀਐਮ ਭਗਵੰਤ ਮਾਨ ਤੇ ਕੇਂਦਰੀ ਮੰਤਰੀ ਗਜੇਂਦਰ ਸ਼ਖਾਵਤ ਨੇ ਕੀਤੀ ਮੁਲਾਕਾਤ ਇਸ ਮੀਟਿੰਗ 'ਚ ਸੀਐਮ ਮਾਨ ਨੇ ਪੰਜਾਬ ਦੇ ਦੁਸ਼ਤ ਪਾਣੀ ਨੂੰ ਸ਼ੁੱਧ ਕਰਨ ਬਾਰੇ ਵਿਸਥਾਰ ਦੇ ਵਿੱਚ ਚਰਚਾ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਪ੍ਰਦੂਸ਼ਣ ਕਾਰਨ ਖਰਾਬ ਹੋ ਗਿਆ ਜੋ ਹੁਣ ਪੀਣ ਯੋਗ ਨਹੀਂ ਰਿਹਾ। ਆਇਲਰਟਸ ਦੀ ਪ੍ਰੀਖਿਆ 'ਚ ਬਲੂਟੁੱਥ ਤੋਂ ਨਕਲ ਕਰਵਾਉਣ ਵਾਲੇ ਗਰੋთა ਪਰਦਾਫਾਸ਼ ਚੰਗੇ ਬੈਂਡਲੈਨ ਆਉਣ ਤੇ ਲੈਂਦੇ ਸੀ ਮੋਟੀ ਰਕਮ ਲੁਧਿਆਣਾ 'ਚ ਪੁਲਿਸ ਨੇ ਇਲੈਕਟ੍ਰੋਨਿਕ ਡਿਵਾਈਸ ਬਲੂਟੁੱਥ ਦੀ ਮਦਦ ਨਾਲ ਆਇਲਰਟਸ ਦਾ ਪੇਪਰ ਪ੍ਰੀਖਿਆ ਵਿੱਚ ਧੋਖਾਧੜੀ ਕਰਨ ਵਾਲੇ ਗਰੋთა ਪਰਦਾਫਾਸ਼ ਕੀਤਾ ਗਰੋਦੇ ਤਿੰਨ ਮੈਂਬਰਾਂ ਨੂੰ ਸਾਨੇਵਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਇਹਨਾਂ ਦਾ ਅਗੂਗੁਰ ਪੇਜ ਫਰਾਰ ਹੈ ਪੁਲਿਸ ਨੇ ਉਸਦੀ ਪਾਲ ਸ਼ੁਰੂ ਕਰ ਦਿੱਤੀ ਹੈ ਹਾਈਲਰਟਸ ਦੇ ਪੇਪਰ ਵਿੱਚ ਬਲੂਟੁੱਥ ਰਾਹੀਂ ਨਕਲ ਕਰਨ ਵਾਲੇ ਇਲੈਕਟ੍ਰੋਨਿਕ ਉਪਕਰਨ ਦੀ ਵਰਤੋਂ ਕਰਦਾ ਸੀ ਪੁਲਿਸ ਵੱਲੋਂ ਬਲੂਟੁੱਥ ਤੇ ਮੋਬਾਈਲ ਫੋਨ ਬਰਾਮਦ ਕਰ ਲਏ ਗਏ ਹਨ ਜਿਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਪੰਜਾਬ ਦੇ ਵਿੱਚ ਖੁੱਲਣ ਵਾਲੇ ਮੁਹੱਲਾ ਕਲੀਨਿਕਾਂ ਦੇ ਵਿੱਚ ਮਿਲੇਗੀ ਵੱਡੀ ਸਹੂਲਤ 15 ਅਗਸਤ ਨੂੰ 75 ਮੁਹੱਲਾ ਕਲੀਨਿਕ ਲੋਕਾਂ ਦੇ ਹਵਾਲੇ ਕਰਨ ਜਾ ਰਹੀ ਹੈ ਇਹਨਾਂ ਮੁਹੱਲਾ ਕਲੀਨਿਕਾਂ ਵਿੱਚ ਹਰ ਜ਼ਿਲ੍ਹੇ ਤੇ ਇਲਾਕੇ ਦੇ ਵਿੱਚ ਲਜਾਇਆ ਜਾਵੇਗਾ ਦੱਸਿਆ ਕਿ ਨਾ ਮਹੱਲਾ ਕਲੀਨਿਕਾਂ ਵਿੱਚ ਕਿਹੜੀ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ ਤੇ ਹਰ ਤਰ੍ਹਾਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ 28 ਜੁਲਾਈ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੋਵੇਗੀ ਜੇਕਰ ਜੁੱਦ ਹੋਇਆ ਤਾਂ ਭਾਰਤ ਬਣੇਗਾ ਜੈਤੂ ਰਾਜਨਾਥ ਸਿੰਘ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਹਰ ਇੱਕ ਦੇਸ਼ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਤਿਆਰ ਹੈ ਚਾਹੇ ਚੀਨ ਆ ਤੇ ਚਾਹੇ ਪਾਕਿਸਤਾਨ ਆ ਜੋ ਸਾਡੇ ਤੇ ਬੁਰੀ ਨਜ਼ਰ ਰੱਖੇਗਾ ਉਸ ਦਾ ਮੂੰਹ ਤੋੜ ਦਿੱਤਾ ਜਾਵੇਗਾ ਉਹਨਾਂ ਨੇ ਭਰੋਸਾ ਜਤਾਇਆ ਜੇਕਰ جنگ ਹੋਈ ਤਾਂ ਭਾਰਤ ਜੇਤੂ ਬਣ ਕੇ ਉੱਭਰੇਗਾ ਪਾਕਿਸਤਾਨ ਦੇ ਕਬਜ਼ੇ ਵਾਲੇ Jammu Kashmir ਨੂੰ ਮੋੜ ਹਾਸਲ ਕਰਨ ਦੀ ਵਕਾਲਤ ਕਰਦਿਆਂ ਸਿੰਘ ਨੇ ਕਿਹਾ ਕਿ ਭਾਰਤ ਦਾ ਇੱਕ ਹਿੱਸਾ ਤੇ ਇਸ ਦੇਸ਼ ਦਾ ਹਿੱਸਾ ਬਣਿਆ ਰਹੇਗਾ ਸਿੰਘ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਹਥਿਆਰਬੰਦ ਬਲ ਭੇਖ ਦੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਹਨ ਸਾਨੀ ਦਿਓਲ ਦੇ ਨਾਲ ਵਾਪਰਿਆ ਵੱਡਾ ਹਾਦਸਾ ਨਹੀਂ ਪਾ ਸਕਿਆ ਰਾਸ਼ਟਰਪਤੀ ਨੂੰ ਵੋਟ ਉਹਨਾਂ ਦੀ ਪਿੱਠ ਦਾ ਲਾਜ ਅਮਰੀਕਾ ਤੋਂ ਚੱਲ ਰਿਹਾ ਹੈ ਬਰਨਾਲਾ ਮੋਗਾ ਨੈਸ਼ਨਲ ਹਾਈਵੇਅ ਸਥਿਤ ਡੇਰੇ ਤੇ ਲੁੱਟ ਦੀ ਕੋਸ਼ਿਸ਼ ਸੇਵਾਦਾਰਾਂ ਨੇ ਕੀਤੇ ਫਾਇਰ ਤਾਂ ਹਥਿਆਰ ਛੱਡ ਕੇ ਭੱਜੇ ਲੁਟੇਰੇ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਪੰਜਾਬ ਸਰਕਾਰ ਹੋਈ ਸਖਤ ਜੀਪੀਐਸ ਟਰੈਕਿੰਗ ਰਾਹੀਂ ਰੱਖੇਗੀ ਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਸਖਤੀ ਨਾਲ ਨਾਜਾਇਜ਼ ਮਾਈਨਿੰਗ ਦੇ ਖਿਲਾਫ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਤਾਂ ਜੋ ਨਾਜਾਇਜ਼ ਮਾਈਨਿੰਗ ਤੇ ਕਾਬੂ ਪਾਇਆ ਜਾ ਸਕੇ ਦਰਅਸਲ ਹੁਣ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਦੇ ਲਈ ਸੂਬਾ ਸਰਕਾਰ 24 7 ਸੀਸੀਟੀਵੀ ਕੈਮਰਾ ਲਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਤੋਂ ਇਲਾਵਾ ਸਰਕਾਰ ਦੀ ਡਰੋਨ ਨਿਗਰਾਨੀ ਟਰਾਂਸਪੋਰਟ ਦੀ ਇਜਾਜ਼ਤ ਤੇ 바ਰ ਕੋਡ ਸਕੈਨਰਾਂ ਦੇ ਨਾਲ ਜੀਪੀਐਸ ਟ੍ਰੈਕਿੰਗ ਸਿਸਟਮ ਮਾਈਨਿੰਗ ਸਾਈਟਾਂ ਤੋਂ ਟਰੱਕਾਂ ਦੇ ਲਈ ਇੱਕ ਐਂਟਰੀ ਤੇ ਐਗਜ਼ਿਟ ਪੁਆਇੰਟ ਸ਼ੁਰੂ ਕਰਨ ਦੀ ਯੋਜਨਾ ਹੈ ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਦੋ ਕਰੀਬੀ ਸਾਥੀ ਕੀਤੇ ਕਾਬੂ 7 ਪਿਸਤੌਲਾਂ ਦੇ ਪੁਲਿਸ ਵਰਦੀ ਕੀਤੀ ਗਈ ਬਰਾਮਦ ਫੜੇ ਗਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਉਰਫ ਕਿਟਾਵਾਸੀ ਪੈਣੀ ਤੇ ਹਰਦੀਪ ਸਿੰਘ ਉਰਫ ਮਾਮਾਵਾਸੀ ਕਾਲੀਆਂ ਜਲਾਲ ਜ਼ਿਲ੍ਹਾ ਬਟਿੰਡਾ ਦੇ ਵਜੋਂ ਆਈਆ ਅਪਰਾਧਿਕ ਰਿਕਾਰਡ ਹੈ ਤੇ ਦੋਵੇਂ ਪੰਜਾਬ ਪੁਲਿਸ ਨੂੰ ਕਈ ਕੁੰਨੌਣੇ ਅਪਰਾਧਾਂ ਦੇ ਵਿੱਚ ਲੋੜਿੰਦੇ ਸਨ ਕੈਨੇਡਾ ਦੇ ਵਿੱਚ ਰਹਿ ਰਿਹਾ ਸਿੱਧੂ ਮੂਸੇਵਾਲਾ ਦੇ ਕਤਲकांड ਦਾ ਮਾਸਟਰਮਾਈਂਡ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਤਿਆਰੀ ਸੀਐਮ ਭਗਵੰਤ ਮਾਨ ਨੂੰ ਭੇਜਿਆ ਜਾਵੇਗਾ ਪ੍ਰਪੋਜ਼ਲ ਸਬਕਮੇਟੀ ਦੀ ਹੋ ਰਹੀ ਹੈ ਜੀ ਮੀਟਿੰਗ ਸਦੂ ਮੂਸੇ ਵਾਲਾ ਹੱਤਿਆकांड ਫੜਿਆ ਗਿਆ ਸ਼ੇਵਾ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਟਾਰੀ ਤੋਂ ਹੋਈ ਗ੍ਰਿਫਤਾਰੀ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਮੀਡੀਆ ਸੂਤਰਾਂ ਦੇ ਅਨੁਸਾਰ ਪੰਜਾਬ ਪੁਲਿਸ ਨੇ ਦੀਪਕ ਮੁੰਡੀ ਦੀ ਪਾਲ ਤੋਂ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੀ ਪੁਲਿਸ ਨਾਲ ਮਿਲ ਕੇ ਸ਼ਾਪੇਮਾਰੀ ਕੀਤੀ ਫਿਲਹਾਲ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਜਦ ਪਤਾ ਲੱਗਿਆ ਕਿ ਦੀਪਕ ਮੁੰਡੀ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਪੈਸ਼ਲ ਟਾਸਕ ਫੋਰਸ ਨੇ ਜੁਆਇੰਟ ਆਪਰੇਸ਼ਨ ਦੇ ਦੌਰਾਨ ਗ੍ਰਿਫਤਾਰ ਕਰ ਲਿਆ ਹੈ ਸਿੱਖ ਨੌਜਵਾਨ ਦਾ ਕੜਾ ਉਤਰਾਮਨ ਦਾ ਮਾਮਲਾ ਕਰਵਾਇਆ ਚੌਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਮੰਗ ਜਿੱਥੇ ਜੇਈ ਦੀ ਪ੍ਰੀਖਿਆ ਦੌਰਾਨ ਨਿੰਦਨਜੂ ਘੜਨਾ ਸਾਹਮਣੇ ਆਈ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਪ੍ਰੀਖਿਆ ਕੇਂਦਰ ਤੋਂ ਜਾਣ ਤੋਂ ਇਸੇ ਲਈ ਰੋਕਿਆ ਗਿਆ ਕਿਉਂਕਿ ਉਸਨੇ ਹੱਥ ਦੇ ਵਿੱਚ ਕੜਾ ਪਹਿਨਿਆ ਹੋਇਆ ਸੀ ਸਿੱਖ ਨੌਜਵਾਨ ਦਾ ਕੜਾ ਉਤਰਾਮਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਫੈਲ ਗਿਆ ਹਜੂਰ ਸਾਹਿਬ ਵਿਖੇ સ્ਨਾਣ ਲਈ ਜਲ ਲਿਆਉਣ ਦੀ ਕਾਗਰ ਸੇਵਾ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਨਛਾ ਕੋਰੀ ਨੂੰ ਨੱਥ ਪਾਏ ਪਾਏਗੀ ਨੱਥ ਸੀਐਮ ਭਗਵੰਤ ਮਾਨ ਹਰ ਮਹੀਨੇ ਕਰਨਗੇ ਤਿੰਨ ਜ਼ਿਲ੍ਹਿਆਂ ਦਾ ਸਨਮਾਨ ਪੰਜਾਬ ਦਾ ਇਹ ਜੀ ਬਦਲੇ ਜਾਣ ਤੇ ਬੋਲੇ ਰਾਜਾ ਵੜਿੰਗ ਦੁਖੀ ਹੋ ਕੇ ਮੁੱਖ ਮੰਤਰੀ ਹੀ ਨਾਸਤਿਫਾ ਦੇ ਦੇਣਾ ਹਾਈ ਕੋਰਟ ਦਾ ਫੈਸਲਾ ਪਤੀ ਤੋਂ ਤਲਾਕ ਹੋਣ ਤੋਂ ਬਾਅਦ ਮਾਂ ਪਹਿਲੇ ਪਤੀ ਤੋਂ ਆਪਣਾ ਬੱਚਾ ਲੈ ਸਕਦੀ ਗੋਦ ਸੋ ਜਨਮ ਲੈਣ ਵਾਲੀ ਮਾਂ ਗੋਦ ਲੈਣ ਵਾਲੀ ਮਾਂ ਵੀ ਹੋ ਸਕਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਫੈਸਲਾ ਸੁਣਾਉਂਦਾ ਕਿ ਪਤੀ ਤੋਂ ਤਲਾਕ ਹੋਣ ਤੋਂ ਬਾਅਦ मां ਪਹਿਲੇ ਪਤੀ ਤੋਂ ਆਪਣਾ ਬੱਚਾ ਗੋਦ ਲੈ ਸਕਦੀ ਹੈ। ਏਜੀ ਸਿੱਧੂ ਖਿਲਾਫ ਐਸਸੀ ਐਕਟ ਤਹਿਤ ਪਰਚਾ ਦਰਜ ਨਾ ਕਰਨਾ ਸਰਕਾਰ ਦੀ ਦਲਤ ਵਿਰੋਧੀ ਕਾਰਵਾਈ ਗੜੀ। ਉਹਨਾਂ ਨੇ ਕਿਹਾ ਜੀ ਆ ਪੰਜਾਬ ਦੇ ਐਡਵੋਕੇਟ ਜਨਰਲ ਮੋਹਨ ਰਤਨ ਸਿੱਧੂ ਨੂੰ ਹਟਵਾਉਣ ਦਾ ਸਵਾਗਤ ਹੈ ਪਰੰਤੂ ਐਡਵੋਕੇਟ ਸਿੱਧੂ ਵੱਲੋਂ ਹਾਈ ਕੋਰਟ 'ਚ ਦਾਖਲ ਪਟੀਸ਼ਨ ਨੂੰ ਦਲਤ ਸਮਾਜ ਨੇ ਆਕਾਰਤਕੁਸ਼ਲ ਦੱਸਣ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ। ਅਮਰੀਕਾ ਦੇ ਵਿੱਚ ਭਿਆਨਕ ਸੜਕ ਹਾਦਸੇ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ ਤੋਂ ਪੰਜਾਬ ਦੇ ਵਿੱਚ ਰਹਿਣ ਵਾਲੇ ਇਸ ਨੌਜਵਾਨ ਚਲੰਦਰ ਦੇ ਪਿੰਡ ਨਿਜਰਾਂ ਦੇ ਨਾਲ ਸਬੰਧ ਰੱਖਦਾ ਸੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਕੰਮ ਤੋਂ ਦੇਰੀ ਕਰਨ ਤੇ ਲਾਈਫ ਅਟਕਾਰ ਕੇ ਕਿਹਾ ਕੁਝ ਵਕਰਾ ਸੋਚੋ ਛੁੱਟੀਆਂ 'ਚ ਵੀ ਕੰਮ ਕਰੋ ਤੁਹਾਡੇ ਕੋਲੇ ਬਚਨੇ ਸਿਰਫ 5 ਦਿਨ ਜਲਦੀ ਕਰੋ ਇਹ ਕੰਮ ਨਹੀਂ ਤਾਂ 2000 ਰੁਪਏ ਨਹੀਂ ਆਉਣਗੇ ਖਾਤੇ ਦੇ ਵਿੱਚ ਜਾਣਨ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਧੰਨਵਾਦ